ਫਤਿਹ। ਆਸ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ। ਅੱਜ ਭਾਈ ਇੰਦਰਜੀਤ ਸਿੰਘ ਜੀ ਬਰੰਦਪੁਰੀ ਸਾਹਿਬ ਵਾਲੀ, ਸੋ ਅਸੀਂ ਆਪ ਜੀ ਜਾਣਦੇ ਹੋ ਜੋ ਵਾਹਿਗੁਰੂ ਜੀ ਦੀ ਕਿਰਪਾ ਦੇ ਸਕਦਾ ਅਸੀਂ ਪਾਕਿਸਤਾਨ ਜੋ ਦੂਰ ਹੈ ਸਾਡਾ, ਅਤੇ ਉੱਥੇ ਅਸੀਂ ਜਾਵਾਂਗੇ। ਅਤੇ ਜੋ ਪਿੱਛੇ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕੋਰੀਡੋਰ ਰਾਹੀਂ, ਇਸੇ ਤਰੀਕੇ ਨਾਲ ਅਸੀਂ ਜਾਣਾ ਹੈ। ਅਤੇ ਉੱਥੇ ਜਾ ਕੇ ਮਹਾਰਾਜ ਦਰਸ਼ਨ ਦੀਦਾਰੇ ਕਰਾਂਗੇ, ਅਤੇ ਜੋ ਵੀ ਅਪਡੇਟ ਉੱਥੇ ਦੀ ਹੋਵੇਗੀ ਉਹ ਅਸੀਂ ਆਪਣੇ ਜਿਹੜੇ ਵਲੋਗ ਰਾਹੀਂ ਇਸ ਤਰ੍ਹਾਂ ਪਾਵਾਂਗੇ। ਅਤੇ ਵੀਡੀਓ ਲੰਮੀ ਨਹੀਂ ਬਣਾ ਚੁੱਕੇ ਸੀ ਕਿਉਂਕਿ ਰਸਤਾ ਬਹੁਤ ਲੰਮਾ ਸੀਗਾ, ਅਤੇ ਇਸੇ ਕਰਕੇ ਅਸੀਂ ਸੋਚਿਆ ਥੋੜ੍ਹਾ ਹਨੇਰੇ ਹੋਏ ਆ ਗਏ ਸੀਗੇ, ਅਤੇ ਇਸੇ ਤਰ੍ਹਾਂ ਅਸੀਂ ਵੀਡੀਓ ਕੋਈ ਬਣਾਈ ਨਹੀਂ ਕੋਈ ਵੀਡੀਓ। ਅਤੇ ਇੱਥੇ ਆ ਕੇ ਜੋ ਵੀ ਅਪਡੇਟ ਹੋਵੇਗੀ ਅਸੀਂ ਆਪਣੀ ਵੀਡੀਓ 'ਚ ਕਰਾਂਗੇ। ਅਤੇ ਇਸੇ ਤਰ੍ਹਾਂ ਅਸੀਂ ਹੁਣ ਜੋ ਵੀ ਹੁਣ ਤਾਲੇ ਪਾਉਣੇ ਹਨ, ਅਤੇ ਗੇਟ ਦੇ ਅੰਦਰ ਜਾ ਕੇ ਅਸੀਂ ਹੁਣ ਬੰਦ ਕਰ ਦੇਣਾ ਵਾ, ਅਤੇ ਉੱਥੇ ਜਾ ਕੇ ਜੋ ਵੀ ਅਪਡੇਟ ਹੋਵੇਗੀ ਉਹ ਅਸੀਂ ਪਾਵਾਂਗੇ ਜੀ। ਅਸੀਂ ਹੁਣ ਅੰਦਰ ਐਂਟਰੀ ਕਰ ਚੁੱਕੇ ਹਾਂ, ਤੁਸੀਂ ਪਿੱਛੇ ਦੇਖ ਸਕਦੇ ਹਾਂ ਦਾਸ ਭਾਈ ਇੰਦਰਜੀਤ ਸਿੰਘ ਜੀ ਬਲੰਦਪੁਰੀ ਸਾਹਿਬ ਵਾਲੇ। ਅਤੇ ਹੁਣ ਅਸੀਂ ਅੰਦਰ ਆ ਚੁੱਕੇ ਹਾਂ, ਅਤੇ ਜੋ ਕਾਗਜ਼ ਪੱਤਰ ਦਾ ਪਹਿਲਾਂ ਚੈਕਿੰਗ ਹੁੰਦੀ ਆ ਜਾਂ ਆਪਣੇ ਬੋਰੀ ਸਾਰੀ ਚੈਕਿੰਗ ਹੁੰਦੀ ਆ ਉਹ ਅਸੀਂ ਕਰਾ ਚੁੱਕੇ ਹਾਂ। ਅਤੇ ਸਾਡੇ ਅੰਕਲ ਜੀ ਬੜੇ ਸਤਿਕਾਰਯੋਗ ਚਲਾ ਰਹੇ ਆ, ਅਤੇ ਦੋ ਜੀ ਅਸੀਂ ਜਾਣੇ ਹਾਂ, ਬਾਕੀ ਗੱਡੀ ਥੋੜ੍ਹੀ ਖਾਲੀ ਹੈ। ਇੱਥੇ ਚੈਕਿੰਗ ਹੋਊਗੀ, ਅਤੇ ਮੇਰੇ ਪਾਪਾ ਜੋ ਅਸੀਂ ਆਪਣੇ ਆ ਚੁੱਕੇ ਹਾਂ, ਅਤੇ ਹੁਣ ਜੋ ਵੀ ਸਾਰਾ ਕੁਛ ਹੋਣਾ ਸੀਗਾ ਉਹ ਹੋ ਚੁੱਕਾ ਵਾ, ਅਤੇ ਹੁਣ ਅਸੀਂ ਅੱਗੇ ਲੰਘਣਾ ਵਾ, ਅਤੇ ਅਸੀਂ ਜੋ ਆ ਜਾਓ। ਅਤੇ ਇਸ ਤਰ੍ਹਾਂ ਅਸੀਂ ਹੁਣ ਇੱਧਰ ਪਾਕਿਸਤਾਨ ਸਾਈਡ ਆ ਚੁੱਕੇ ਹਾਂ, ਅਤੇ ਤੁਸੀਂ ਦੇਖ ਰਹੇ ਹਾਂ, ਅਤੇ ਬੱਸ ਵੀ ਰੈਡੀ ਹੈਗੀ ਆ ਜਾਣ ਦੇ ਲਈ। ਅਤੇ ਅਸੀਂ ਹੁਣ ਬੱਸ ਦੇ ਵਿੱਚ ਬੈਠਾਂਗੇ ਤਾਂ ਸਿਰ ਗੁਰਦੁਆਰਾ ਸਾਹਿਬ ਜਾਵਾਂਗੇ। ਫੋਟੋ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਨਾ, ਇੱਦਾਂ ਗੁਰਦੁਆਰਾ ਸਾਹਿਬ। ਬਾਕੀ ਜੋ ਵੀਡੀਓ ਵਾ ਅਸੀਂ ਬੱਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ, ਜੋ ਵੀ ਰਸਤੇ ਦੀ ਵੀਡੀਓ ਆਵੇਗੀ ਇੱਦਾਂ ਕਰਕੇ ਜੀ। ਅਤੇ ਹੁਣ ਅਸੀਂ ਬੱਸ ਦੇ ਵਿੱਚ ਬੈਠਾਂਗੇ, ਜੋ ਮੇਰੇ ਪਾਪਾ ਹਨ ਉਹ ਬੱਸ 'ਚ ਬੈਠ ਗਏ ਸੀਗੇ, ਅਤੇ ਮੈਂ ਥੋੜ੍ਹਾ ਜਿਹਾ ਬਾਹਰ ਸੀਗਾ, ਅਤੇ ਹੁਣ ਬੱਸ ਦੇ ਵਿੱਚ ਬੈਠਾਂਗਾ। ਬਾਕੀ ਸੰਗਤ ਵੀ ਜੋ ਹੈਗੀ ਆ ਸੋ ਆ ਰਹੀ ਆ, ਅਤੇ ਇੱਦਾਂ ਕਰਕੇ ਹੁਣ ਅਸੀਂ ਬੈਠ ਕੇ ਅਤੇ ਅੱਜ ਬੈ ਚੱਲੀਏ, ਅਤੇ ਤੁਹਾਨੂੰ ਦਰਸ਼ਨ ਦੀਦਾਰੇ ਕਰਾਈਏ ਬੱਸ ਦੇ ਵਿੱਚ ਹੁਣ। ਬੱਸ ਜੀ ਸੰਗਤ ਬੱਸ 'ਚ ਬੈਠ ਚੁੱਕੇ ਹਾਂ, ਪਹਿਲਾਂ ਬੱਸ 'ਤੇ ਬਾਹਰ ਹੀ ਬੈਠੇ ਹੋਏ ਸੀ, ਬਾਹਰ ਸੀਗੇ ਬੈਠੇ ਨਹੀਂ ਸੀਗੇ, ਬਾਹਰ ਹੀ ਸੀਗੇ। ਅਤੇ ਹੁਣ ਬੱਸ ਦੇ ਵਿੱਚ ਬੈਠ ਚੁੱਕੇ ਹਾਂ, ਅਤੇ ਥੋੜ੍ਹੇ ਕੁ ਸਮੇਂ ਤੀਕਰ ਜਿਹੜੀ ਬੱਸ ਹੈਗੀ ਆ ਉਹ ਚੱਲ ਜਾਣੀ ਆ, ਅਤੇ ਨਾਲ ਪਿਤਾ ਜੀ ਬੈਠੇ ਆ, ਅਤੇ ਇੱਦਾਂ ਕਰਕੇ ਦਰਸ਼ਨ ਦੀਦਾਰੇ ਕਰਨ ਆਏ ਸੀਗੇ। ਅਤੇ ਕਾਫੀ ਸਮਾਂ ਪਹਿਲਾਂ ਪਿਤਾ ਜੀ ਸੀਗੇ, ਅਤੇ ਇਹ ਆਉਂਦੇ ਹੁੰਦੇ ਸੀਗੇ ਉੱਥੇ ਆਪਣੇ ਆਪਣੀ ਉੱਥੇ ਨਹੀਂ ਕੀ ਕਹਿੰਦੇ ਆ ਡੇਰਾ ਬਾਬਾ, ਹਾਂਜੀ ਡੇਰਾ ਬਾਬਾ ਨਾਨਕ ਆਉਂਦੇ ਹੁੰਦੇ ਸੀਗੇ ਬੰਨ 'ਤੇ, ਅਤੇ ਸੰਗਤ ਲੈ ਕੇ ਆਉਂਦੇ ਹੁੰਦੇ ਸੀ, ਹਾਂਜੀ ਅਰਦਾਸ ਬੇਨਤੀ ਕਰਦੇ ਹੁੰਦੇ ਸੀਗੇ। ਅਤੇ ਉਹ ਹੁਣ ਤੁਹਾਨੂੰ ਦੱਸਣਗੇ ਵੀ ਕਿੱਦਾਂ ਮਤਲਬ ਪ੍ਰੋਸੈਸ ਸੀਗਾ, ਉਹ ਆਉਂਦੇ ਹੁੰਦੇ ਸੀਗੇ ਕਿੱਦਾਂ ਮਤਲਬ ਆਉਂਦੇ ਸੀ ਤੁਸੀਂ ਆਪਣੇ? ਅਸੀਂ ਹਾਂਜੀ ਅਰਦਾਸ ਬੇਨਤੀ ਕਰਨ ਆਉਂਦੇ ਸੀ ਵੀ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹ ਜੇ, ਅਤੇ ਸਾਨੂੰ ਜਿੱਦਾਂ ਕਿ ਅਸੀਂ ਜਦੋਂ ਮਰਜ਼ੀ ਜਾ ਸਕੀਏ, ਅਤੇ ਅਰਦਾਸ ਬੇਨਤੀ ਅਸੀਂ ਕਰਨ ਆਉਂਦੇ ਸੀ ਨਕੋਦਰ ਤੋਂ, ਜ਼ਿਲ੍ਹਾ ਜਲੰਧਰ ਤੋਂ ਜੀ, ਅਤੇ ਹਰ ਮੱਸਿਆਂ ਨੂੰ ਸੰਗਤ ਲੈ ਕੇ ਆਇਆ ਕਰਦੇ ਸੀ। ਅਤੇ ਇਸੇ ਤਰ੍ਹਾਂ ਕਾਫੀ ਅਰਦਾਸਾਂ ਬੇਨਤੀਆਂ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਆ, ਅਤੇ ਹੁਣ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਵਾ, ਅਤੇ ਇਸ ਕਿਰਪਾ ਦੇ ਮਹਾਰਾਜ ਕਿਰਪਾ ਦੇ ਸਦਕਾ ਦਰਸ਼ਨ ਦੀਦਾਰੇ ਕਰਨ ਜਾਂਦੀਆਂ ਕਰਤਾਰਪੁਰ ਸਾਹਿਬ ਵਿਖੇ। ਅਤੇ ਦਾਸ ਭਾਈ ਇੰਦਰਜੀਤ ਸਿੰਘ ਜੀ ਵੀ ਇੱਕ ਵਾਰੀ ਜਾ ਚੁੱਕੇ ਸੀਗੇ, ਅਤੇ ਪਿਤਾ ਜੀ ਨੇ ਜਾਣਾ ਸੀਗਾ, ਅਤੇ ਇਸੇ ਕਰਕੇ ਪਿਤਾ ਜੀ ਨੂੰ ਨਾਲ ਲੈ ਕੇ ਅਤੇ ਦਰਸ਼ਨ ਦੀਦਾਰੇ ਕਰਾਉਣ ਚੱਲੇ ਸੀਗੇ। ਅਤੇ ਕਿਉਂਕਿ ਕਾਫੀ ਅਰਦਾਸਾਂ ਬੇਨਤੀਆਂ ਦੇ ਵਿੱਚ ਪਿਤਾ ਜੀ ਵੀ ਜਾਂਦੇ ਹੁੰਦੇ ਸੀਗੇ ਨਾਲ, ਅਤੇ ਇਸੇ ਕਰਕੇ ਹੁਣ ਫਿਰ ਪਿਤਾ ਜੀ ਨੂੰ ਦਰਸ਼ਨ ਦੀਦਾਰੇ ਕਰਾਉਣ ਚੱਲੇ ਹਾਂ। ਅਤੇ ਜੋ ਅੱਗੇ ਮਹਾਰਾਜ ਦੀ ਕਿਰਪਾ ਹੋਊਗੀ ਜੋ ਵੀ ਹੋਇਆ, ਅਤੇ ਅਸੀਂ ਉਹ ਵੀਡੀਓ ਆਪ ਜੀ ਨੂੰ ਅਪਡੇਟ ਕਰਾਂਗੇ ਜੀ। ਹਾਂਜੀ ਜੀ, ਤੁਸੀਂ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ, ਅਤੇ ਇਸ ਕਰਕੇ ਹੁਣ ਬੱਸ ਸਾਡੀ ਰੁਕੂਗੀ। ਬੱਸ ਤੋਂ ਨਿਕਲਾਂਗੇ ਜੀ, ਅਤੇ ਇੱਦਾਂ ਕਰਕੇ ਬੱਸ ਪਾਰਕਿੰਗ 'ਚ ਲੱਗੂਗੀ। ਪਿਤਾ ਜੀ ਦੀ ਜੋ ਇੱਛਾ ਸੀਗੀ ਸੋ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਅਤੇ ਅਸੀਂ ਲਓ ਜੀ ਅਸੀਂ ਆ ਚੁੱਕੇ ਹਾਂ ਗੁਰਦੁਆਰਾ ਸਾਹਿਬ, ਅਤੇ ਬਹੁਤ ਧੰਨਵਾਦ ਮਤਲਬ ਜੀ ਤੁਹਾਡਾ। ਅਤੇ ਅਸੀਂ ਹੁਣ ਬੱਸ ਦੇ ਵਿੱਚ ਨਿਕਲ ਚੁੱਕੇ ਹਾਂ, ਇੱਥੇ ਥੋੜ੍ਹਾ ਜਿਹਾ ਸਫਾਈਆਂ ਹੋ ਰਹੀਆਂ, ਬਹੁਤ ਜ਼ਿਆਦਾ ਜਲਦੀ ਆ ਚੁੱਕੇ ਹਾਂ।
ਅਤੇ ਉਹ ਕਹਿੰਦੇ ਥੋੜ੍ਹਾ ਜਿਹਾ ਤੁਸੀਂ ਵੇਟ ਕਰ ਲਓ, ਫਟਾਫਟ ਕਰ ਦੇਣਾ। ਅਤੇ ਅਸੀਂ ਹੁਣ ਖੜ੍ਹੇ ਹੋਏ ਹਾਂ ਅਤੇ ਸਫਾਈਆਂ ਸਫਾਈਆਂ ਅੰਦਰ ਪੋਚੇ ਝਾੜੂ ਲਾ ਕੇ ਫਿਰ ਸਾਰੇ ਜਾਣੇ ਇੱਥੇ। ਪੰਜ ਇਸ਼ਨਾਨ ਕਰ ਸਕਦੇ ਹਾਂ, ਇਸ਼ਨਾਨ ਨਹੀਂ ਕਰ ਸਕਦੇ ਅਤੇ ਇੱਦਾਂ ਕਰਕੇ ਪੰਜ ਇਸ਼ਨਾਨ ਨਹੀਂ ਕਰ ਸਕਦੇ। ਬਾਕੀ ਮੈਨੂੰ ਨਹੀਂ ਪਤਾ ਵੀ ਇੱਥੇ ਇਸ਼ਨਾਨ ਕਰ ਸਕਦੇ ਜਾਂ ਨਹੀਂ, ਸਰੋਵਰ ਹਾਲੇ ਤਾਂ ਬਣਾਇਆ ਹੋਇਆ ਛੋਟਾ ਜਿਹਾ ਅਤੇ ਸਾਨੂੰ ਪਤਾ ਨਹੀਂ ਸੀ ਇਸ਼ਨਾਨ ਕਿਵੇਂ ਕਰਦੇ ਅਤੇ ਇਸ ਤਰ੍ਹਾਂ ਅਸੀਂ ਪੰਜ ਇਸ਼ਨਾਨ ਨਹੀਂ ਕਰਾਂਗੇ। ਅਤੇ ਅੱਜ ਸੰਗਤ ਵੀ ਜੋ ਸਾਡੀ ਹੈਗੀ ਉਹ ਇਸ਼ਨਾਨ ਪਾਰੀ ਕਰੂਗੀ ਅਤੇ ਅਸੀਂ ਹੁਣ ਪੰਜ ਇਸ਼ਨਾਨ ਕਰਾਂਗੇ। ਠੰਡਾ ਪਾਣੀ ਹੈ ਪੂਰਾ। ਹਾਂਜੀ ਜਿਹੜਾ ਸਰੋਵਰ ਸਾਹਿਬ ਦਾ ਪਾਣੀ ਆ ਇਹ ਬਹੁਤ ਸੋਹਣਾ ਪਾਣੀ ਆ, ਸਾਫ਼ ਸੁਥਰਾ ਪਾਣੀ ਆ ਅਤੇ ਬਹੁਤ ਠੰਡਾ ਪਾਣੀ ਆ। ਅਤੇ ਅਸੀਂ ਬਸਤਰ ਨਹੀਂ ਲੈ ਕੇ ਆਏ, ਦਿਲ ਕਰਦਾ ਸੀਗਾ ਇਸ਼ਨਾਨ ਕੀਤਾ ਜਾਵੇ, ਬਸ ਹੁਣ ਬਸਤਰ ਨਹੀਂ ਸਾਡੇ ਕੋਲ ਹੈਗੇ। ਚਲੋ ਮਹਾਰਾਜ ਜੀ ਕਿਰਪਾ ਕਰਨਗੇ, ਜੇ ਅਗਲੀ ਵਾਰੀ ਅਸੀਂ ਆਏ ਤਾਂ ਅਸੀਂ ਬਸਤਰ ਹੁਣ ਜ਼ਰੂਰ ਲੈ ਕੇ ਆਵਾਂਗੇ। ਅਤੇ ਸਾਡੇ ਇਸ਼ਨਾਨ ਦੇ ਪਿਤਾ ਜੀ ਹੁਣ ਜਾ ਰਹੇ ਆ, ਹਾਂਜੀ ਇਸ਼ਨਾਨੇ ਕਰਨ। ਅਤੇ ਅਸੀਂ ਲੀੜੇ ਨਾਲ ਹੀ ਲੈ ਕੇ ਆਉਣੇ ਚਾਹੀਦੇ ਸੀਗੇ, ਸਾਨੂੰ ਮਾਇੰਡ 'ਚ ਨਹੀਂ ਰਿਹਾ। ਅਤੇ ਇਸੇ ਤਰ੍ਹਾਂ ਹੁਣ ਇਸ਼ਨਾਨ ਨਹੀਂ ਕੀਤਾ, ਬਲਕਿ ਅਸੀਂ ਪੰਜ ਇਸ਼ਨਾਨ ਕਰ ਚੁੱਕੇ ਸੀਗੇ ਤਾਂ ਪੰਜ ਇਸ਼ਨਾਨ ਕਰਕੇ ਅਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਨੂੰ ਅਸੀਂ ਜਾ ਰਹੇ ਹਾਂ। ਦਰਸ਼ਨ ਦੇ ਕੇ ਅਸੀਂ ਨਿਹਾਲ ਹੋ ਗਏ ਹਾਂ ਜੀ। ਧੰਨ ਗੁਰੂ ਨਾਨਕ ਦੇਵ, ਤੁਸੀਂ ਦਰਸ਼ਨ ਕਰ ਰਹੇ ਹੋ ਜੀ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਅੰਤਲੇ ਸਮੇਂ ਇੱਥੇ ਖੇਤੀਬਾੜੀ ਕੀਤੀ। ਵੀ ਖੇਤ ਵੀ ਲਾਗੇ ਹੈਗੇ ਗੁਰੂ ਸਾਹਿਬ ਦੇ ਅਤੇ ਅਸੀਂ ਹੌਲੀ ਹੌਲੀ ਦਰਸ਼ਨ ਕਰਾਂਗੇ। ਅਤੇ ਇਸ ਤਰੀਕੇ ਦੇ ਨਾਲ ਹੁਣ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਵਾਂਗੇ ਜੀ।
ਤਰ੍ਹਾਂ ਅਸੀਂ ਹੁਣ ਕੀਰਤਨ ਦੀ ਹਾਜ਼ਰੀ ਵੀ ਭਰ ਚੁੱਕੇ ਸੀਗੇ ਅਤੇ ਹਾਜ਼ਰੀ ਭਰ ਕੇ ਪ੍ਰਸ਼ਾਦਾ ਪਾਣੀ ਛੱਕ ਗਿਆ ਸੀਗਾ ਅਤੇ ਹੁਣ ਮਾਰਕੀਟ ਵੱਲ ਆਏ ਸੀਗੇ ਅਤੇ ਮਾਰਕੀਟ ਖੋਲ੍ਹਦੇ ਆ ਮਾਰਕੀਟ ਪਾਕਿਸਤਾਨ ਦੀ ਮਾਰਕੀਟ ਇਲਾਚੀ ਵੀ ਜੀ ਸੋਗੀ ਜ਼ੀਰਾ ਹਰਮਾਨੀ ਲੌਂਗ ਕਾਜੂ ਵੀ ਜੀ ਕਾਜੂ ਨਹੀਂ ਜੀ ਅਖਰੋਟ ਕਿੱਦਾਂ ਜੀ ਅਖਰੋਟ ਵੀ ਜੀ ਪਾਕਿਸਤਾਨੀ 1000 ਰੁਪਏ ਕਿਲੋ ਪੂਰਾ ਯੂਟਿਊਬ ਕੱਢ ਲਓ ਪੂਰੇ ਇੰਡੀਆ ਨੇ ਪਾਇਆ ਹੋਇਆ ਮੇਰਾ ਮੁਲਤਾਨੀ ਸੁਣਨ ਦਾ ਅੱਜ ਦੱਸੋ ਜੀ ਦੇਖ ਲਓ ਲੱਗੇ ਤਾਂ ਕਰ ਦਿਓ ਇੱਕੋ ਹੀ ਇੱਕੋ ਹੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਅਸੀਂ ਦਰਸ਼ਨ ਦੀਦਾਰੇ ਕਰ ਚੁੱਕੇ ਸੀਗੇ ਅਤੇ ਦਰਸ਼ਨ ਦੀਦਾਰੇ ਕਰਕੇ ਪ੍ਰਸ਼ਾਦਾ ਪਾਣੀ ਛੱਕ ਲਿਆ ਸੀਗਾ ਪ੍ਰਸ਼ਾਦਾ ਛੱਕ ਕੇ ਫਿਰ ਅਸੀਂ ਥੋੜ੍ਹਾ ਸਿਰ ਆਡੇ ਪਾਸੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਖੇਤ ਵਗੈਰਾ ਦੇਖੇ ਅਤੇ ਸਾਰਾ ਘੁੰਮ ਲਿਆ ਸੀ ਗਰਮੀ ਜ਼ਿਆਦਾ ਹੋਣ ਕਰਕੇ ਫਿਰ ਅਸੀਂ ਜ਼ਿਆਦਾ ਵੀਡੀਓ ਨਹੀਂ ਬਣਾਈ ਹੈਗੀ ਬਹੁਤ ਜ਼ਿਆਦਾ ਗਰਮੀ ਸੀਗੀ ਅਤੇ ਇਸੇ ਤਰ੍ਹਾਂ ਹੁਣ ਅਸੀਂ ਜਾਣ ਦੀ ਸਾਡੀ ਤਿਆਰੀ ਹੋ ਗਈ ਆ ਜੀ ਅਤੇ ਆਪਣੇ ਮੈਂ ਕਿੱਟ ਕਪਾਈ ਹੋਈ ਆ ਅਤੇ ਹਾਜ਼ਰੀ ਵੀ ਭਰ ਚੁੱਕੇ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਾਜ਼ਰੀ ਭਰਨ ਦਾ ਵੀ ਮੌਕਾ ਮਿਲਿਆ ਸੀਗਾ ਜੀ ਹਾਜ਼ਰੀ ਵੀ ਭਰ ਚੁੱਕੇ ਸੀ ਅਤੇ ਇੱਦਾਂ ਕਰਕੇ ਅਤੇ ਹੁਣ ਬਸ ਬੱਸ ਰੈਡੀ ਆ ਅਤੇ ਅਸੀਂ ਹੁਣ ਚੱਲ ਪੈਣਾ ਜੀ ਇੱਦਾਂ ਕਰਕੇ ਜੀ ਖੜੀ ਹੋਈ ਆ ਅਤੇ ਅਸੀਂ ਹੁਣ ਸਾਰੀ ਸੰਗਤ ਜਿਹੜੀ ਸੀਗੀ ਉਤਰ ਚੁੱਕੀ ਸੀਗੀ ਅਤੇ ਹੁਣ ਅਸੀਂ ਇੱਧਰ ਇੰਡੀਆ ਵਾ ਪਾਕਿਸਤਾਨ ਇੱਧਰ ਇੰਡੀਆ ਵਾ ਅਤੇ ਅਸੀਂ ਹੁਣ ਇੰਡੀਆ 'ਚ ਵਾਪਸੀ ਕਰ ਲਈ ਆ ਅਤੇ ਇੰਡੀਆ ਆ ਚੁੱਕੇ ਹਾਂ ਅਤੇ ਇੱਦਾਂ ਕਰਕੇ ਅਸੀਂ ਜੀ ਹੁਣ ਚੱਲੇ ਜਾਣਾ ਵਾ ਵਾਪਸੀ ਅਤੇ ਮੇਰੇ ਪਿਤਾ ਜੀ ਦੇ ਨਾਲ ਇੱਧਰ ਆ ਗਏ ਅਤੇ ਇੱਦਾਂ ਕਰਕੇ ਹੁਣ ਅਸੀਂ ਆਪਣੇ ਪੰਜਾਬ ਨੂੰ ਜੋ ਸਾਡਾ ਚੜ੍ਹਦਾ ਪੰਜਾਬ ਆ ਇੱਧਰ ਅਸੀਂ ਵਾਪਸੀ ਕਰ ਚੁੱਕੇ ਹਾਂ ਅਤੇ ਇੱਦਾਂ ਕਰਕੇ ਅਤੇ ਅਸੀਂ ਬਹੁਤ ਜ਼ਿਆਦਾ ਮਹਾਰਾਜ ਨੂੰ ਸ਼ੁਕਰਾਨਾ ਕਰਦੇ ਹਾਂ ਸੋਹਣੇ ਦਰਸ਼ਨ ਦੀਦਾਰੇ ਬਖਸ਼ੇ ਅਤੇ ਬਹੁਤ ਬਹੁਤ ਸ਼ੁਕਰਾਨਾ ਵਾ ਗੁਰੂ ਸਾਹਿਬ ਜੀ ਦਾ ਅਤੇ ਇੱਦਾਂ ਕਰਕੇ ਪਿਤਾ ਜੀ ਵੀ ਦਰਸ਼ਨ ਕਰ ਲਏ ਜੋ ਉਹਨਾਂ ਦੇ ਮਨ ਦੀ ਇੱਛਾ ਸੀਗੀ ਉਹ ਦਰਸ਼ਨ ਦੀਦਾਰੇ ਕਰਨ ਦੀ ਸੀਗੀ ਅਤੇ ਦਰਸ਼ਨ ਦੀਦਾਰੇ ਕਰ ਚੁੱਕੇ ਹਾਂ ਅਤੇ ਇਸ ਤਰ੍ਹਾਂ ਅਸੀਂ ਹੁਣ ਉੱਧਰ ਜਾ ਕੇ ਪਿੱਛੇ ਲਾਸਟ 'ਚ ਬਹਿ ਗਿਆ ਸੀਟ ਨਹੀਂ ਮਿਲੀ ਮੂਹਰੇ ਸਵਾਰੀਆਂ ਨੇ ਦੀਦੀਆਂ ਪਿੱਛੇ ਹੀ ਬੈਠ ਚੁੱਕੇ ਹਾਂ ਅਤੇ ਇਸ ਤਰ੍ਹਾਂ ਹੁਣ ਲੱਗਦਾ ਵਾ ਵੀ ਗੱਡੀ ਬਹਿ ਜਾ ਰਹੀ ਆ ਇੱਦਾਂ ਕਰਕੇ ਅਸੀਂ ਫਰੰਟ ਪਿੱਛੇ ਬੈਕ ਸੀਟ 'ਤੇ ਬਹਿ ਚੁੱਕੇ ਹਾਂ ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਯਾਤਰਾ ਰਹੀ ਆ ਜੀ ਮਹਾਰਾਜ ਨੇ ਕਿਰਪਾ ਕੀਤੀ ਆ ਅਤੇ ਦਰਸ਼ਨ ਨਜ਼ਾਰੇ ਹੋ ਚੁੱਕੇ ਹਾਂ ਅਤੇ ਅਸੀਂ ਪਾਕਿਸਤਾਨ ਹੁਣ ਅਸੀਂ ਛੱਡ ਆਏ ਅਤੇ ਫਿਰ ਗੁਰੂ ਸਾਹਿਬ ਦੇ ਕਿਰਪਾ ਢੋਈ ਮੇਲਾ ਲਾਇਆ ਤਾਂ ਫਿਰ ਅਸੀਂ ਜਾਵਾਂਗੇ ਦਰਸ਼ਨ ਨਜ਼ਾਰੇ ਕਰਨ ਅਤੇ ਜੇ ਮਹਾਰਾਜ ਜੀ ਦਾ ਅਤੇ ਹਾਥੀ ਪਰੰਗ ਜਾ ਕੇ ਕੀਰਤਨ ਦੀ ਸੋ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਅਤੇ ਸਤਿਗੁਰੂ ਜੀ ਨੇ ਆਪਣੇ ਚਰਨਾਂ 'ਤੇ ਅਤੇ ਉਹਨਾਂ ਨੇ ਆਪਣੇ ਕੋਲ ਬਿਠਾ ਕੇ ਹਾਜ਼ਰੀ ਉਹਨਾਂ ਨੇ ਕੀਤੀ ਹਾਜ਼ਰੀ ਭਰਾਈ ਆ ਅਤੇ ਇਸ ਤਰ੍ਹਾਂ ਫਤਿਹ ਜੀ ਹੁਣ ਅਸੀਂ ਫਤਿਹ ਬਸ ਬੁਲਾਵਾਂਗੇ ਅਤੇ ਥਕਾਵਟ ਹੋ ਚੁੱਕੀ ਆ ਅਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਅਸੀਂ ਸਾਰਾ ਬੜੇ ਵਧੀਆ ਤਰੀਕੇ ਨਾਲ ਦਰਸ਼ਨ ਦੇ ਦਾਰੇ ਕਰ ਚੁੱਕੇ ਸੀਗੇ ਅਤੇ ਜੋ ਅਸੀਂ ਵੀਡੀਓ ਦੇ ਵਿੱਚ ਦੱਸਿਆ ਹਾਜ਼ਰੀ ਵੀ ਸਾਰਾ ਕੁਛ ਬਹੁਤ ਵਧੀਆ ਹੋ ਗਿਆ ਅਤੇ ਹੁਣ ਅਸੀਂ ਵਾਪਸੀ ਆ ਚੁੱਕੇ ਹਾਂ ਅਤੇ ਤੁਸੀਂ ਪਿੱਛੇ ਦੇਖ ਸਕਦੇ ਹਾਂ ਜਿੱਥੋਂ ਅਸੀਂ ਸਟਾਰਟਿੰਗ ਹੋਏ ਸੀਗੇ ਅਤੇ ਉੱਥੇ ਅਸੀਂ ਆ ਚੁੱਕੇ ਹਾਂ ਅਤੇ ਹੁਣ ਜੋ ਸਾਡਾ ਸਾਧਨ ਹੈਗਾ ਵਾ ਉਹ ਹਜੇ ਆ ਜਾਣਾ ਵਾ 5-10 ਮਿੰਟਾਂ ਤੱਕ ਅਸੀਂ ਚਾਲੇ ਪਾ ਲੈਣੇ ਹਾਂ ਅਤੇ ਇਹਨਾਂ ਸ਼ਬਦਾਂ ਦੇ ਨਾਲ ਹੁਣ ਅਸੀਂ ਆਜ਼ਾਦ ਚਾਹੁੰਦੇ ਹਾਂ ਜੀ ਅਤੇ ਫਿਰ ਕੋਈ ਕਿਸੇ ਬੰਦੇ ਜਾਣਾ ਹੋਇਆ ਫਿਰ ਅਸੀਂ ਵਲੌਗ ਦੀ ਵੀਡੀਓ ਪਾਵਾਂਗੇ ਬਣਾ ਕੇ ਅਤੇ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।